ਅਸਲਾਮ ਵਾਲੇਕੁਮ ਜੀ ਐਂਡ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਐਂਡ ਰੇਡੀਓ ਸਾਡੇ ਵਾਲਾ ਐਂਡ ਰੇਡੀਓ ਸਾਡੇ ਵਾਲਾ ਵੈਬ ਟੀ ਵੀ ਜੀ, ਸੋਰੀ, ਅਤੇ ਥੋੜ੍ਹਾ ਜਿਹਾ ਵੈਬ ਟੀ ਵੀ ਸਾਡਾ ਨਵਾਂ ਨਵਾਂ ਸਟਾਰਟ ਹੋਇਆ, ਤਾਂ ਹਾਲਾਂ ਇਸ ਵਾਸਤੇ ਜ਼ਰਾ ਉਹ ਥੋੜ੍ਹੀ ਜਿਹੀ ਬੋਲਣ ਵਿੱਚ ਹੋ ਰਹੀ ਹੈ, ਦਿੱਕਤ ਹੋ ਰਹੀ ਹੈ। ਸੋ ਪਲੀਜ਼, ਤੁਹਾਡੇ ਸਾਰਿਆਂ ਤੋਂ ਪਹਿਲੇ ਤਾਂ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ। ਸਾਡੇ ਵਾਲਾ ਵੈਬ ਟੀ ਵੀ ਜਿਹੜਾ ਉਹ ਤੁਸੀਂ ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਦੇਖੋਗੇ, ਔਰ ਨਾਲ ਦੀ ਨਾਲ ਹੀ ਤੁਸੀਂ ਫੇਸਬੁੱਕ ਪੇਜ ਜਿਹੜਾ ਰੇਡੀਓ ਸਾਡੇ ਵਾਲਾ ਉਹਦੇ 'ਤੇ ਵੀ ਇਸ ਵੀਡੀਓ ਨੂੰ ਦੇਖ ਸਕਦੇ ਹੋ, ਔਰ ਸ਼ਾਹਿਦ ਸ਼ਬੀਰ ਔਫੀਸ਼ੀਅਲ 'ਤੇ ਵੀ ਤੁਹਾਨੂੰ ਇਹ ਵੀਡੀਓ ਮਿਲੇਗੀ। ਸੋ ਗੱਲ ਕਰਦੇ ਹਾਂ ਇਤਿਹਾਸ ਦੇ ਬਾਰੇ 'ਚ, ਅਗਰ ਖਾਲਸਾ ਪੰਥ ਦੇ ਬਾਰੇ 'ਚ ਗੱਲ ਕਰੀਏ ਜਾਂ ਪੰਜਾਬ ਦੇ ਇਤਿਹਾਸ ਬਾਰੇ ਗੱਲ ਕਰੀਏ ਜਾਂ ਨੌਰਥ ਵੈਸਟ ਬਾਰੇ ਗੱਲ ਕਰੀਏ, ਜਦ ਨੌਰਥ ਵੈਸਟ ਬਾਰੇ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਵੰਡ ਦੇ ਉੱਤੇ ਬਹੁਤ ਜ਼ਿਆਦਾ ਗੱਲ ਹੁੰਦੀ ਹੈ ਕਿ ਜਿੱਥੇ ਪੰਜਾਬੀ ਕਮਿਊਨਿਟੀ ਨੇ ਬਹੁਤ ਜ਼ਿਆਦਾ ਸਾਰੇ ਕਾਰ ਸੇਵਾਵਾਂ ਕੀਤੀਆਂ ਸਨ, ਸੇਵਾ ਕੀਤੀਆਂ ਸਨ ਜਗ੍ਹਾ ਦੀਆਂ, ਅਤੇ ਅਗਰ ਇਸ ਜਗ੍ਹਾ ਨੂੰ ਦੇਖਿਆ ਜਾਏ ਤਾਂ ਤਾਰੀਖ ਦਾ ਹਾਮਿਲ ਇਹ ਪਿੰਡ ਜਿਹੜਾ ਕਿਸ ਖਾਲਸਾ ਪੰਥ ਦੇ ਕਿਸੇ ਵੀ ਬੰਦੇ ਤੋਂ ਛੁਪਿਆ ਜਾਂ ਲੁਕਿਆ ਨਹੀਂ ਹੋਏਗਾ, ਜਿਹਨੂੰ ਕਿ ਹਰਨਾਲ ਕਿਹਾ ਜਾਂਦਾ, ਉਹਦੇ ਨਾਲ ਹੀ ਪਿੰਡ ਹਰਿਆਲ ਹੈ, ਹਰਨਾਲ ਹਰਿਆਲ ਪਿੰਡ ਜਿਹੜਾ ਸੀ ਪੰਜਾਬ ਦੀ ਵੰਡ ਦਾ ਸੰਬੰਧ ਇਹਦੇ ਨਾਲ ਇਸ ਵਾਸਤੇ ਬਹੁਤ ਜ਼ਿਆਦਾ ਗਹਿਰਾ ਹੈ ਕਿ ਮਾਸਟਰ ਤਾਰਾ ਸਿੰਘ ਹੋਰਾਂ ਦੀ ਜਿਹੜੀ ਹੈ, ਕਹਿ ਲਵੋ ਤੁਸੀਂ ਕਿ ਜਿੱਥੇ ਉਹਨਾਂ ਨੇ ਆਪਣੀ ਮੂਵਮੈਂਟ ਦਾ ਜਿਹੜਾ ਸੀ ਉਹ ਇਫਤਤਾਹ ਕੀਤਾ ਸੀ ਜਾਂ ਆਗਾਜ਼ ਕੀਤਾ ਸੀ, ਜਿੱਥੋਂ ਲਾਹੌਰ ਗਏ ਸਨ, ਲਾਹੌਰ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ 1947 3 ਮਾਰਚ 1947 ਦੇ ਵਿੱਚ ਮਾਸਟਰ ਹੁਰੀ ਇੱਥੋਂ ਗਏ ਸੀ ਉੱਠ ਕੇ, ਔਰ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਕਿ ਵੀ ਪਾਕਿਸਤਾਨ ਬਣੇਗਾ ਤਾਂ ਸਾਡੀਆਂ ਲਾਸ਼ਾਂ 'ਤੇ ਬਣੇਗਾ। ਅਗਰ ਇਹ ਗੱਲ ਥੋੜ੍ਹੀ ਜਿਹੀ ਰਿਪੀਟ ਕਰੋ ਤਾਂ ਹਿਸਟਰੀ ਜਿਹੜੀ ਹੈ ਆਪਣੇ ਆਪ ਨੂੰ ਦੁਹਰਾਉਂਦੀ ਹੋਈ ਨਜ਼ਰ ਆਉਂਦੀ ਹੈ ਕਿ ਮਾਸਟਰ ਤਾਰਾ ਸਿੰਘ ਇਸ ਇਹ ਨਾਲ ਗਰਲਜ਼ ਸਕੂਲ ਹੈ, ਗਰਲਜ਼ ਸਕੂਲ ਦਿਖਾਓ ਜੀ, ਇਸ ਤੋਂ ਅੱਗੇ ਬੋਆਇਜ਼ ਸਕੂਲ ਹੈ, ਠੀਕ ਹੈ ਜੀ, ਜਿਹੜਾ ਕਿ ਪਿੰਡ ਹਰਨਾਲ ਦੇ ਵਿੱਚ ਹੈ। ਇਸ ਜਗ੍ਹਾ ਦੇ ਉੱਤੇ ਹੀ ਮੈਂ ਉਹਨਾਂ ਦੇ ਘਰ ਦਾ ਸ਼ਵਾਲਾ ਵੀ ਦਿਖਾਇਆ ਸੀ, ਜਿਹੜੇ ਕਿ ਉਹਨਾਂ ਦੇ ਪੁਰਖਾਂ ਦਾ ਸ਼ਵਾਲਾ ਸੀ, ਕਿਉਂਕਿ ਆਪਣੇ ਪੂਰੇ ਘਰ ਦੇ ਵਿੱਚੋਂ ਉਹ ਇਕੱਲੇ ਹੀ ਸਿੱਖ ਬਣੇ ਸੀ, ਬਾਕੀ ਸਾਰੇ ਦੇ ਸਾਰੇ ਘਰ ਵਾਲੇ ਉਹਨਾਂ ਦੇ ਹਿੰਦੂ ਸੀ। ਉਹਨਾਂ ਦਾ ਨਾਮ ਸੀ ਨਾਨਕ ਚੰਦ ਮਲਹੋਤਰਾ, ਲੇਕਿਨ ਉਹ ਜਦੋਂ ਸਿੱਖ ਬਣੇ ਪਾ ਲਈ ਤਾਂ ਉਹ ਫਿਰ ਬਣ ਗਏ ਤਾਰਾ ਸਿੰਘ। ਤਾਂ ਸੋ ਇਹ ਉਹਨਾਂ ਦਾ ਪਿੰਡ ਹੈ, ਉਹਨਾਂ ਦੇ ਪਿੰਡ ਦੀ 6 ਬੋੜਾਂ ਵਾਲੀ ਬੰਨ ਹੈ, ਔਰ ਤੁਸੀਂ ਦੇਖੋ ਇਹ ਬਿਲਕੁਲ ਇੰਨੀ ਪੁਰਾਣੀ ਹੈ ਕਿ ਤੁਸੀਂ ਇਹਦੇ ਬੋੜਾਂ ਦੇ ਜਿਹੜੇ ਤਨੇ ਹੈ ਜਾਂ ਜਿਹੜੇ ਇਹਨਾਂ ਦੇ ਸਟੋਕ ਨੇ ਉਹਨਾਂ ਨੂੰ ਤੁਸੀਂ ਦੇਖੋ ਤਾਂ ਬਹੁਤ ਹੀ ਪੁਰਾਣੇ ਔਰ ਮੋਟੇ ਨੇ, ਠੀਕ ਹੈ ਜੀ। ਆਹ ਦੇਖੋ ਜ਼ਰਾ ਏਰੀਅਲ ਰੂਟਸ ਜਿਹੜੀਆਂ ਨੇ ਉਹ ਕਿੰਨੀਆਂ ਪੁਰਾਣੀਆਂ ਨੇ ਬੋੜਾਂ ਦੀਆਂ, ਔਰ ਇਹਨਾਂ ਨੇ ਬਿਲਕੁਲ ਰਾਤ ਪਾਈ ਹੋਈ ਹੈ ਇਹਨਾਂ ਬੋੜਾਂ ਨੇ, ਇੰਨੀ ਸੰਘਣੀ ਛਾਂ ਹੈ, ਔਰ ਇੱਥੇ ਚਰਿੰਦ ਪਰਿੰਦ ਜਿਹੜੇ ਨੇ ਉਹ ਬਹੁਤ ਜ਼ਿਆਦਾ ਹੁੰਦੇ ਨੇ, ਔਰ ਪਾਣੀ ਦਾ ਰਿਜ਼ਰਵਾਇਰ ਜਿਹੜਾ ਉਹ ਅੱਜ ਵੀ ਹੈਗਾ, ਜਿਹੜਾ ਕਿ ਬਾਰਿਸ਼ਾਂ ਦਾ ਪਾਣੀ ਜਿਹੜਾ ਸੀ ਉਹਨੂੰ ਇਕੱਠਾ ਕੀਤਾ ਜਾਂਦਾ ਸੀ ਇਸ ਜਗ੍ਹਾ ਦੇ ਉੱਤੇ। ਇਹ ਹਰਨਾਲ ਦੀ ਬੰਨ ਹੈ, ਸਭ ਤੋਂ ਵੱਡੀ ਬੰਨ ਹੈ, ਵੈਸੇ ਤਾਂ ਹਰਨਾਲ ਦੀਆਂ ਬੰਨਾਂ ਹੋਰ ਵੀ ਸਨ, ਲੇਕਿਨ ਆਹ ਵਾਲੀ ਜਿਹੜੀ ਬੰਨ ਹੈ ਇਹਦੀ ਇੱਕ ਆਪਣੀ ਹੀ ਕਸ਼ਿਸ਼ ਹੈ, ਇੱਕ ਆਪਣੀ ਹੀ ਖੂਬਸੂਰਤੀ ਹੈ, ਜਿਹੜੀ ਕਿ ਬਹੁਤ ਘੱਟ ਜਗ੍ਹਾ ਦੇ ਉੱਤੇ ਤੁਹਾਨੂੰ ਨਜ਼ਰ ਆਏਗੀ। ਇਹ ਉਹਨਾਂ ਹੱਥਾਂ ਦੇ ਜਿਹੜੇ ਲੋਕ ਚਲੇ ਗਏ ਨੇ, ਇਹ ਉਹਨਾਂ ਹੱਥਾਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਨੇ, ਔਰ ਇਹਦੀਆਂ ਵਾਲਸ ਜਿਹੜੀਆਂ ਨੇ ਬਕਾਇਦਾ ਤੌਰ 'ਤੇ ਸੈਂਡ ਸਟੋਨ, ਜਿਹੜਾ ਲੋਕਲ ਸੈਂਡ ਸਟੋਨ ਸੀਗਾ ਉਹਦੇ ਨਾਲ ਬਣਾਈਆਂ ਗਈਆਂ ਸਨ। ਪੁੱਤਰ ਕਿਆ ਕਿੰਨੀ ਤਾਂ ਆਏ ਹੋ, ਤਕਾਸੇ ਦੁੱਧ ਖਾ ਲਿਆ ਸੀ, ਮੱਝੀ ਨਾ ਕਿ ਗਾਈ ਨਹੀਂ ਆ, ਮੰਜੀ ਨਾ ਤਕਾ ਆਇਆ, ਜ਼ਰਾ ਖੋਲੀ ਤਾ ਢੱਕਣ। ਆ ਲਓ ਜੀ, ਖਿੱਤਾ ਪਠਵਾਰ ਦਾ ਮੱਝਾਂ ਦਾ ਖਾਲਸ ਦੁੱਧ ਜਿਹੜਾ ਉਹ ਲੈ ਕੇ ਆਏ ਨੇ ਇਹ ਬੱਚੇ ਸ਼ਾਮ ਦੇ ਟਾਈਮ। ਅਮੂਮਨ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੁੰਦਾ ਕਿ ਪੰਜਾਬੀ ਬੱਚੇ ਜਿਹੜੇ ਨੇ ਸ਼ਾਮ ਨੂੰ ਦੁੱਧ ਲੈਣ ਵਾਸਤੇ ਜਾਂਦੇ ਨੇ। ਇਹ ਤੁਸੀਂ ਦੇਖੋ 3 ਫੁੱਟ ਮੋਟੀ ਦੀਵਾਰ ਜਿਹੜੀ ਹੈ ਪਾਣੀ ਦੀ ਬੰਨ ਨੂੰ ਰੋਕਣ ਵਾਸਤੇ ਬਣਾਈ ਗਈ ਹੈ। ਫਿਰ ਉਸ ਤੋਂ ਬਾਅਦ ਇਹਦੇ ਸਟੈਪ, 4 ਸਟੈਪ ਤਾਂ ਮੈਂ ਦੇਖ ਚੁੱਕਿਆ ਹੋਇਆ ਵਾਂ। ਚਾਰ ਸਟੈਪਸ ਇਹਦੇ ਮੈਂ ਦੇਖ ਚੁੱਕਿਆ, ਔਰ ਇਹਦੇ ਨਾਲ ਨਾਲ ਜਿਹੜੀ ਹੈ ਤਕਰੀਬਨ 30 ਫੁੱਟ ਚੌੜੀ ਬਾਉਂਡਰੀ ਜਿਹੜੀ ਹੈ ਜਿਹਦੇ ਉੱਤੇ ਅਸੀਂ ਚੱਲ ਰਹੇ ਹਾਂ, ਇਹ ਤਕਰੀਬਨ 30 ਫੀਟ ਹੈ। ਬਹੁਤ ਹੀ ਸੰਘਣੇ ਔਰ ਬਹੁਤ ਹੀ ਪੁਰਾਣੇ ਬੋਰਡ ਨੇ, ਪਿਓਰਲੀ ਇਹ ਖਾਲਸਾ ਰਾਜ ਦੇ ਨੇ, 180 ਤੋਂ 200 ਸਾਲ ਪੁਰਾਣੇ ਨੇ। ਇਹਨਾਂ ਦੀ ਤੁਸੀਂ ਵਿਡਥ ਦੇਖ ਸਕਦੇ ਹੋ, ਮੇ ਬੀ 200 ਸਾਲ ਤੋਂ ਜ਼ਿਆਦਾ ਹੀ ਹੋਵੇ।
ਇੱਥੋਂ ਇਹਨਾਂ ਬੰਨਾਂ ਵਿੱਚ ਜਾਇਆ ਜਾਂਦਾ ਸੀ। ਇਹ ਤੁਸੀਂ ਦੇਖ ਸਕਦੇ ਹੋ ਸਟੋਨ ਨਾਲ ਬਣੀਆਂ ਹੋਈਆਂ ਸੀੜੀਆਂ ਬਕਾਇਦਾ। ਤਾਰੀਖ ਦੇ ਉਹ ਅਨਮੋਲ ਖਜ਼ਾਨੇ ਅਨਮਿੱਟ ਨਿਸ਼ਾਨ ਜਿਹੜੇ ਕਿ ਪੰਜਾਬੀ ਕਮਿਊਨਿਟੀ ਛੱਡ ਕੇ ਅਤੇ ਜ਼ਿਆਦਾ ਲੋਕ ਜਿਹੜੇ ਨੇ ਦਿੱਲੀ ਦੇ ਵਿੱਚ ਜਾ ਕੇ ਸ਼ਿਫਟ ਹੋਏ ਨੇ ਇੱਥੇ ਦੇ। ਰੱਬ ਰਾਖਾ ਜੀ, ਫਿਰ ਕਿਸੇ ਹਿਸਟੋਰੀਕਲ ਫੈਕਟ ਨਾਲ ਤੁਹਾਨੂੰ ਮਿਲਦੇ ਹਾਂ। ਸ਼ਾਮ ਦੀਆਂ ਅਜ਼ਾਨਾਂ ਹੋ ਗਈਆਂ, ਸਫ਼ਰ ਸਾਡਾ ਦੂਰ ਦਾ ਹੈ।